ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਆ ਜੀ? ਮੈਂ ਤੁਹਾਡਾ ਮੇਜ਼ਬਾਨ ਅਬਦੁਲ ਰਾਫੇ, ਤੁਸੀਂ ਦੇਖ ਰਹੇ ਹੋ ਮੈਂ ਜੀ ਚੈਨਲ ਫਾਰਮ। ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਹਿਲੇ ਮੈਂ ਇੱਕ ਵੀਡੀਓ ਦਿੱਤੀ ਸੀਗੀ ਕਿ ਅਸਲਾ ਅੱਜ ਅਸੀਂ ਸੋਇਆਬੀਨ ਕਾਸ਼ ਕੀਤਾ ਸੀਗਾ, ਸੋਇਆਬੀਨ ਡਿਜੈਮੀਨੇਸ਼ਨ ਨਹੀਂ ਹੋਈ ਅਤੇ ਅੱਜ ਅਸੀਂ ਹਲ ਚਲਾ ਰਹੇ ਹਾਂ ਜੀ। ਤੁਹਾਨੂੰ ਅੱਜ ਟਰੈਕਟਰ ਦੀ ਪਰਫੋਰਮੈਂਸ ਚੈੱਕ ਕਰਾਈ ਜਾਏਗੀ। ਢੇਲੇ ਦੇਖੋ ਜੀ, ਕੱਢ ਕੱਢ ਕੇ ਬਾਹਰ ਕੀਤੀ ਜਾ ਰਿਹਾ ਜੀ। ਸਖ਼ਤ ਜ਼ਮੀਨ ਆ, ਹਲ ਚਲਾ ਰਹੇ ਹਾਂ ਖੇਤਾਂ ਦੇ ਉੱਪਰ ਜੀ। ਬਾਰਿਸ਼ ਪਈ ਆ, ਖੇਤਾਂ ਸਖ਼ਤ ਹੋਈਆਂ ਵਾ। ਟਰੈਕਟਰ ਦੀ ਪਰਫੋਰਮੈਂਸ ਤੁਹਾਨੂੰ ਚੈੱਕ ਕਰਾ ਰਹੇ ਹਾਂ। ਸਮੋਕ ਬਸ ਚੈੱਕ ਕਰੋ, ਸਮੋਕ ਹੈ ਕਿ ਨਹੀਂ ਉੱਪਰ। ਦੇਖੋ ਮੈਂ ਦੋਸਤਾਂ ਨੂੰ ਇਹ ਕਹਾਂਗਾ ਕਿ ਇਸ ਖੇਲਾਂ ਦੇ ਟਰੈਕਟਰ ਦੀ ਪਤਾ ਚੱਲਦਾ ਵਾ ਕਿ ਟਰੈਕਟਰ 'ਚ ਕੁਛ ਹੈ ਕਿ ਨਹੀਂ, ਕਿਉਂਕਿ ਆਹ ਖੇਲਾਂ ਦੇ ਵਿੱਚ ਜੇ ਜਗ੍ਹਾ ਹੁੰਦੀ ਹੈ ਸਖ਼ਤ ਹੋਈ ਹੁੰਦੀ ਹੈ। ਇੱਥੇ ਆ ਟਰੈਕਟਰ ਵਿੱਚ ਆਉਂਦਾ ਨਾ ਟਾਇਰ, ਟਰੈਕਟਰ ਸਲਿੱਪ ਨਹੀਂ ਕਰਦੇ ਸਲੰਦ ਬਿਲਕੁਲ ਜੀ। ਹਾਲਾਂਕਿ ਤੁਸੀਂ ਗਹਿਰਾਈ ਚੈੱਕ ਕਰੋ ਜੀ, ਇੱਥੇ ਆ ਕੇ ਟਰੈਕਟਰ ਇੱਥੇ ਆ ਪਤਾ ਚੱਲਦਾ ਟਰੈਕਟਰ ਦਾ, ਟਰੈਕਟਰ ਦਾ ਤੋਰਾ ਚੈੱਕ ਕਰਨਾ ਹੋਵੇ ਮੈਂ ਦੋਸਤ ਨਹੀਂ ਕਹਾਂ ਸਖ਼ਤ ਖੇਲਾਂ ਹੁਣ ਅਤੇ ਹਾਲਾਂ ਉਹਨੂੰ ਚੈੱਕ ਕੀਤਾ ਜਾਵੇ। ਦੇਖੋ ਅਤੇ ਸਮੋਕ, ਉੱਤੇ ਕੋਈ ਸਮੋਕ ਨਹੀਂ ਜੀ। ਅਤੇ ਟਰੈਕਟਰ ਦਾ ਜਿਹੜਾ ਟਾਇਰ ਆਉਂਦਾ ਨਾ ਖੇਲ ਦੇ ਵਿੱਚ, ਖੇਲ ਸਖ਼ਤ ਹੋਈ ਹੁੰਦੀ ਆ, ਟਰੈਕਟਰ ਦੇ ਟਾਇਰ ਜਦੋਂ ਪਕੜ ਕਰਦੇ ਆ ਜ਼ਮੀਨ ਦਾ, ਉਹ ਸਲਿੱਪ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ। ਜਦੋਂ ਆਪਾਂ ਇਹਦੇ 'ਚ ਦੌੜ ਲਗਾਵਾਂਗੇ ਟਰੈਕਟਰ ਨੂੰ ਮਾਰਦਾ ਸਲਿੱਪ, ਕਿਉਂਕਿ ਜ਼ਮੀਨ ਨਰਮ ਹੋਈ ਹੁੰਦੀ ਆ। ਇੱਥੇ ਟਰੈਕਟਰ ਨੂੰ ਜਿੰਨਾ ਹੀ ਮਰਜ਼ੀ ਹੱਲ ਨੱਪੀ ਆ, ਉਹ ਟਰੈਕਟਰ ਸਲਿੱਪ ਨਹੀਂ ਮਾਰੇਗਾ, ਟਰੈਕਟਰ ਬਸ ਘੁੱਟੇਗਾ। ਇੱਥੇ ਆ ਟਾਇਰਾਂ ਦਾ ਪਤਾ ਚੱਲਦਾ ਵਾ ਕਿ ਆਪਾਂ ਨੈਕਸਟ ਵੀਡੀਓ ਤੁਹਾਨੂੰ ਟਾਇਰਾਂ ਦੇ ਬਾਰੇ ਵੀ ਇਨਫੋਰਮੇਸ਼ਨ ਦੇਵਾਂਗੇ, ਟਾਇਰ ਕਿਹੜੇ ਟਰੈਕਟਰ ਨੂੰ, ਅਗਲੇ ਟਾਇਰ ਕਿਹੜੇ, ਪਿਛਲੇ ਟਾਇਰ ਕਿਹੜੇ ਆ, ਟਾਇਰ ਕਿੰਨੀ ਦੇਰ ਹੋ ਗਈ ਚੱਲਿਆ ਨੂੰ ਅਤੇ ਕਿਹੋ ਜਿਹੇ ਚੱਲੇ ਆ, ਤੁਹਾਨੂੰ ਸਭ ਕੁਝ ਦੱਸਾਂਗੇ। ਹੁਣ ਬਸ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ, ਆਹ ਇਹਦੀ ਪਰਫੋਰਮੈਂਸ ਆ ਅਤੇ ਐਂਡ ਤੁਹਾਨੂੰ ਦਰਸ਼ਕਾਂ ਦਿਖਾਵਾਂਗੇ। ਐਂਡ ਵਾਲਾ ਕਲਿੱਪ ਜ਼ਰੂਰ ਦੇਖਿਓ ਅਤੇ ਐਂਡ ਵਾਲੇ ਕਲਿੱਪ ਤੁਹਾਨੂੰ ਮਜ਼ਾ ਆਏਗਾ ਜੀ। ਦੋਸਤ ਬੜੇ ਕਹਿੰਦੇ ਕਿ ਪੁਰਾਣੇ ਟਰੈਕਟਰ ਧੂੰਆਂ ਬਹੁਤ ਮਾਰਦੇ ਆ, ਹਲਾਂ ਤੇ ਰੂਟਰ ਤੇ ਜੋ ਮਰਜ਼ੀ ਹੋਵੇ ਟਰੈਕਟਰ ਧੂੰਆਂ ਬਹੁਤ ਮਾਰਦੇ ਆ। ਤੁਹਾਡੇ ਸਾਹਮਣੇ ਜੀ ਮਾਸ਼ਾਅੱਲਾ ਟਰੈਕਟਰ ਫਿੱਟ ਫਾਟ ਚੱਲ ਰਿਹਾ, ਹਲਾਂ ਦੀ ਗਹਿਰਾਈ ਵੀ ਚੈੱਕ ਕਰ ਲਓ, ਸਖ਼ਤ ਜ਼ਮੀਨ ਆ। ਇਹ ਜਿਹਨੂੰ ਪੱਕੇ ਵਾੜੀ ਜ਼ਮੀਨ ਕਹੀਦਾ ਅਸੀਂ, ਉਹ ਜ਼ਮੀਨ ਆ ਜੀ। ਆਹ ਸੋਇਆਬੀਨ ਦਾ ਪੌਦਾ ਇੱਕ ਉੱਗ ਪਿਆ ਜੀ, ਇੱਕ ਨਜ਼ਰ ਆ ਗਿਆ ਜੀ ਆਹ ਲਾ, ਅਤੇ ਇੱਕ ਆ ਉੱਗ ਗਿਆ ਹੋਇਆ ਜੀ। ਆਹ ਸੋਇਆਬੀਨ ਦੀ ਹਾਲਤ ਜੀ, ਅਤੇ ਐਂਡ ਵਾਲੇ ਕਲਿੱਪ ਜ਼ਰੂਰ ਦੇਖਿਓ ਅਤੇ ਉਹ ਤੁਹਾਨੂੰ ਵੇਟ ਕਰੋ, ਅਤੇ ਐਂਡ ਵਾਲਾ ਕਲਿੱਪ ਤੁਹਾਨੂੰ ਦੇਖਣਾ ਜ਼ਰੂਰ ਭੁੱਲਿਓ ਨਾ।